ਇਹ ਤਸਵੀਰਾਂ ਇੱਕ ਹਾਦਸੇ ਦੀਆਂ ਨੇ ਜਿੱਥੇ ਲੈਂਟਰ ਪਾਉਂਦੇ ਹੋਏ ਤਿੰਨ ਕਾਮੇ ਛੱਤ ਤੋਂ ਹੇਠਾਂ ਡਿੱਗ ਗਏ, ਜਿਨ੍ਹਾਂ ਦੇ ਪੈਰਾਂ ਦੀਆਂ ਹੱਡੀਆਂ ਟੁੱਟ ਗਈਆਂ ਨੇ। ਦਰਅਸਲ ਇਹ ਤਿੰਨੇ ਕਾਮੇ ਛੱਤ ਤੇ ਲੈਂਟਰ ਪਾ ਰਹੇ ਸਨ ਤੇ ਸ਼ਟਰਿੰਗ ਦੌਰਾਨ ਇੱਕ ਦਾ ਪੈਰ ਫਿਸਲ ਜਾਂਦਾ ਹੈ, ਜਿਸ ਨੂੰ ਬਚਾਉਂਦੇ ਬਚਾਉਂਦੇ ਬਾਕੀ ਦੋ ਕਾਮਿਆਂ ਦਾ ਵੀ ਸੰਤੁਲਨ ਵਿਗੜ ਜਾਂਦਾ ਹੈ ਅਤੇ ਤਿੰਨੋਂ ਹੀ ਜ਼ਮੀਨ ਤੇ ਡਿੱਗ ਜਾਂਦੇ ਨੇ। ਗਨੀਮਤ ਇਹ ਰਹੀ ਹੈ ਕਿ ਇਹ ਲੈਂਟਰ ਪਹਿਲੀ ਮੰਜ਼ਿਲ ਤੇ ਪੈ ਰਿਹਾ ਸੀ ਤੇ ਹੇਠਾਂ ਡਿੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਪੈਰ ਦੀਆਂ ਹੱਡੀਆਂ ਜ਼ਰੂਰ ਟੁੱਟ ਗਈਆਂ ਨੇ, ਜਿਸ ਲਈ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਮਾਮਲਾ ਲੁਧਿਆਣਾ ਦਾ ਸਾਹਮਣੇ ਆਇਆ। ਲੁਧਿਆਣਾ ਦੇ ਹੀ ਇੱਕ ਘਰ ਦੇ ਵਿੱਚ ਪਹਿਲੀ ਮੰਜ਼ਿਲ ਤੇ ਇਹ ਕਾਮੇ ਲੈਂਟਰ ਪਾਉਣ ਦਾ ਕੰਮ ਕਰ ਰਹੇ ਸਨ, ਜਦਕਿ ਇੱਕ ਦਾ ਪੈਰ ਫਿਸਲ ਗਿਆ ਤੇ ਉਹ ਹੇਠਾਂ ਡਿੱਗਣ ਲੱਗਾ। ਬਾਕੀ ਦੇ ਦੋ ਕਾਮੇ ਉਸਨੂੰ ਬਚਾਉਂਦਿਆਂ ਬਚਾਉਂਦਿਆਂ ਆਪਣਾ ਸੰਤੁਲਨ ਗਵਾ ਬੈਠੇ ਤੇ ਤਿੰਨੋਂ ਹੀ ਜ਼ਮੀਨ ਤੇ ਹੇਠਾਂ ਕੇ ਡਿੱਗ ਗਏ, ਜਿਸ ਤੇ ਇਹਨਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨੇ। ਹਸਪਤਾਲ ਦੇ ਵਿੱਚ ਇਹਨਾਂ ਤਿੰਨਾਂ ਕਾਮਿਆਂ ਨੂੰ ਭਰਤੀ ਵੀ ਕਰਵਾਇਆ ਗਿਆ ਹੈ। ਡਾਕਟਰ ਦੇ ਵੱਲੋਂ ਵੀ ਇਹਨਾਂ ਤਿੰਨਾਂ ਕਾਮਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਪਰ ਗੁੱਝੀਆਂ ਸੱਟਾਂ ਲੱਗਣ ਦੇ ਕਾਰਨ ਇਹ ਅਜੇ ਕੰਮ ਨਹੀਂ ਕਰ ਪਾਉਣਗੇ। ਇਹ ਤਿੰਨੇ ਹੀ ਦਿਹਾੜੀ ਤੇ ਕੰਮ ਕਰਦੇ ਸਨ ਤੇ ਤਿੰਨੇ ਹੀ ਹਸਪਤਾਲ ਦੇ ਵਿੱਚ ਹੁਣ ਜ਼ੇਰੇ ਇਲਾਜ ਨੇ। क्या हुआ 10 बजे 6 बजे लगे दिहाड़ी करते हैं, वो आज बोले होंगे कि लिंटर पाने के लिए, वही लिंटर मतलब 10 बजे लगे फाते होंगे, और पता नहीं कैसे वो गिर गया छत से, घर से पाए टूट गया, घंटा भर हो गया। जिनके चोट आई है छोटे लाल हाँ। और उनके साथ दो लोग थे जो लोग हते, उनका क्या नाम है? जो हमारे एक भाई है मंजेश, हमारा भाई है एक पंकज है और मंजेश है और एक विजय हमारा लड़का है, ये भी एक विजय हमारा भाई है। अब डॉक्टर भैया हमको जाने नहीं दे रहे, अंदर भगाई दे रहे हैं। कितनी मंजिल से गिरे? एक मंजिल से गिरे। तो एक मंजिल से पूरी छत लेके नीचे गिरे, काम करते हुए गिरे। हाँ तो गलती किसकी थी? काम मतलब आप हम तो हते नहीं है बाजी, हम हते तो बताते, वो बोलेंगे। आपके जो भाई बता रहे हो, आप कब से काम ये चीज का कर रहे हैं? ये तो दिहाड़ी हमारे घर वाले कर रहे हैं। नहीं, मतलब दिहाड़ी ये ऐसा काम कब से कर रहे हैं? ये हो गए 15 दिन से लगे। 15 दिन से? हाँ। उससे पहले क्या करते थे? उसके पहले रेड़ा चलाते थे। की मामला की है भाई, सेंट्री पांगे वैसे गए है। अच्छा, तो ऊपर सेंट्री तो थल्ले डिग पे है। मैं तो आए 10 मिनट लेट ही थी। केड़ी जगह तो आए? गगनदीप कॉलोनी तो आए। गगनदीप कॉलोनी केड़ी जगह? ਗਗਨਦੀਪ ਕਲੋਨੀ ਭਾਈ ਪੱਟੀਆਂ। ਕਿੰਨੇ ਵਜੇ ਦੀ ਗੱਲ ਹੈ ਔਰ ਹੋਇਆ ਕਿੱਦਾਂ? ਮਾੜਾ ਜਿਹਾ ਖੁੱਲ੍ਹਾ ਟਾਈਮ ਮੇਰੇ ਖਿਆਲ 9:15 ਹੋ ਗਏ। ਅੱਛਾ ਜੀ, ਹਾਂਜੀ। ਤੇ ਇਹ ਕਾਰਾ ਕੰਮ ਕਰਾ ਸ਼ਟਰਿੰਗ ਦਾ ਕਰਾ? ਸੈਂਟਰੀ ਦਾ ਕਰਦੇ ਪਏ ਸੀ, ਸੈਂਟਰੀ ਪਾਉਂਦੇ ਪਏ ਸੀਗੇ, ਉੱਪਰੋਂ ਡਿੱਗ ਪਏ ਆ। ਮੈਂ ਆਏ ਕਾਫੀ ਲੇਟ 'ਤੇ ਸੀਗਾ ਭਾਅ ਜੀ, ਮੈਨੂੰ ਤਾਂ ਇਹਦਾ ਪਤਾ ਹੀ ਨਹੀਂ ਲੱਗਾ, ਜਦੋਂ ਮੈਨੂੰ ਪਤਾ ਲੱਗਾ ਨਾਲ ਹੀ ਮੈਂ ਭੱਜਿਆ ਹੋਇਆ ਆ। ਟੈਲਾਂ ਟੁੱਟ ਜ਼ਮੀਨ 'ਤੇ ਲਾ ਰਹੇ ਸੀ? ਨਹੀਂ ਨਹੀਂ, ਛੱਤ ਪਾਉਂਦੇ ਪਏ ਸੀ ਲੈਂਟਰ ਪਾਉਣ ਨੂੰ। ਅੱਛਾ, ਹਾਂਜੀ। ਤੇ ਕੀ ਗਿਰ ਗਏ ਸੀ? ਡਿੱਗ ਪਏ ਸੀਗੇ। ਕਿਹੜੀ ਮੰਜ਼ਿਲ ਦੇ ਲੈਂਟਰ ਪੈ ਰਹੇ? ਇੱਕ ਮੰਜ਼ਿਲ 'ਤੇ ਪੈਂਦੇ ਪਏ ਸੀਗੇ। ਅੱਛਾ, ਤੇ ਕਿੰਨੇ ਬੰਦੇ ਸੀਗੇ ਟੁੱਟ? 3 ਬੰਦੇ ਸੀਗੇ ਸਰ। ਤੇ ਨਾਮ ਤਿੰਨਾਂ ਦੇ ਪਤਾ ਕੁਛ? ਨਾਂ ਤਾਂ ਮੈਨੂੰ ਪਤਾ ਨਹੀਂ ਹੈਗਾ। ਅੱਛਾ, ਰਿਸ਼ਤੇਦਾਰੀ ਲੱਗਦੇ ਦੂਰ ਦੇ ਹੈਗੇ ਤੁਹਾਡੇ ਰਿਸ਼ਤੇਦਾਰ? ਹਾਂਜੀ ਸਰ। ਤੇ ਕਿੱਥੇ ਵੱਜੀ? ਪੈਰ 'ਚ ਲੱਗੀ ਆ, ਬਾਕੀ ਇਹਨਾਂ ਦੇ ਘਰ ਵਾਲੇ ਹੈਗੇ। ਹੁਣ ਹਾਲਤ ਕਿੱਦਾਂ? ਹਾਲ ਹੁਣ ਲਿਆ ਹੈ, ਹੁਣ ਦੇਖੋ ਕੀ ਹੁੰਦਾ ਆ। ਠੀਕ, ਹਾਂਜੀ।